ਸਤਿਗੁਰ ਜੀ ਸਤਿ ਸਾਨ ਨੂੰ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਹਾਂ ਕਿ ਤੁਹਾਡਾ ਸਾਰਿਆਂ ਦਾ ਹਾਲ ਚਾਲ ਬਹੁਤ ਵਧੀਆ ਹੋਊਗਾ ਜੀ ਸੁਣਨ ਲਈ ਤੁਸੀਂ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ ਅੱਜ ਇਟਲੀ ਦੇ ਵਿੱਚ 3702 ਨਵੇਂ ਕੇਸ 33 ਮਰੀਜ਼ਾਂ ਦੀ ਹੋਈ ਮੌਤ 4544 ਮਰੀਜ਼ ਹੋਇਆ ਠੀਕ 73668 ਇਟਲੀ ਦੇ ਵਿੱਚ ਅੱਜ ਵੀ ਪੋਜ਼ਿਟਿਵ ਬੰਦੇ ਮੌਜੂਦ ਨੇ 485613 ਬੰਦਿਆਂ ਦੇ ਟੈਸਟ ਕੀਤੇ ਗਏ ਤੇ 0.76% ਅੱਜ ਜਿਹੜੀ ਤਾਂ ਸੋਦੀ ਪੋਜ਼ਿਟਿਵਿਟੀ ਚੱਲ ਰਹੀ ਸੀ ਬਾਤੇ ਹਨ ਜੀ ਅੱਜ ਦੀਆਂ ਖਾਸ ਖਬਰਾਂ ਵੱਲ ਸਭ ਤੋਂ ਪਹਿਲਾ ਅਪਡੇਟ ਆ ਰਿਹਾ ਜੀ ਸਰਕਾਰ ਕਹਿ ਰਹੀ ਹੈ ਜੀ ਜਿਹੜਾ ਬੋਨਸ ਫਸ ਚਾਤੇ ਆ ਜੋ ਕਿ ਘਰਾਂ ਦੇ ਲਈ ਬਾਹਰਲੇ ਜਿਹੜੇ ਹੁੰਦੇ ਆ ਸੈੱਟ ਕਰਨ ਦੇ ਲਈ ਘਰ ਦੇ ਬਾਹਰਲੇ ਮਾ ਇਮਾਰਤ ਜੇਕਰ ਸੈੱਟ ਕਰਨੀ ਹੋਵੇ ਉਹ ਜਿਹੜਾ ਬੋਨਸ ਉਹ 2023 ਤੱਕ ਇਹਨੂੰ ਐਕਸਟੈਂਡ ਕੀਤਾ ਜਾ ਸਕਦਾ ਹੈ ਜੀ ਅਤੇ ਅਗਲਾ ਜੋ ਬਜਟ ਦੇ ਵਿੱਚ ਅਪਡੇਟ ਇਹ ਕਰਨ ਜਾ ਰਹੇ ਨੇ ਉਹਦੇ ਵਿੱਚ ਦੱਸਿਆ ਜਾ ਰਿਹਾ ਕਿ ਲੇ ਤਾਂ ਮੀਨੀਮਮ ਜਿਹੜਾ ਘੱਟ ਤੋਂ ਘੱਟ ਪੈਨਸ਼ਨ ਦੀ ਜਿਹੜੀ ਉਮਰ ਹੈ 64 ਸਾਲ ਕਰ ਦਿੱਤੀ ਜਾਣੀ ਜਿਹਦੇ ਵਿੱਚ 38 ਸਾਲ ਘੱਟ ਤੋਂ ਘੱਟ ਸਰਕਾਰ ਨੂੰ ਟੈਸਟ ਕੀਤਾ ਗਿਆ ਹੋਣਾ ਚਾਹੀਦਾ ਇਹਨੂੰ ਕਹਿੰਦੇ ਜੀ ਗੋਤਾ 102 ਤੇ 2023 ਤੱਕ ਇਹ ਕਹਿੰਦੇ ਜੀ ਅਸੀਂ ਇਹ ਗੱਲ ਕਰਨੀ ਜਿਨ੍ਹਾਂ ਦੀ ਜਿਨ੍ਹਾਂ ਵੀ ਬੰਦਿਆਂ ਦੀ ਜਿਹੜੇ 1960 ਤਕਰੀਬਨ ਜਿਨ੍ਹਾਂ ਦੇ ਜਨਮ ਹੋਇਆ 1960 ਜਾਂ 1960 ਤੋਂ ਪਹਿਲਾਂ ਉਹ ਫਿਰ ਆਪਣਾ ਜਿਹੜਾ 38 ਸਾਲ ਦਾ ਜੇਕਰ ਟੈਸਟ ਉਹਨਾਂ ਨੇ ਟੈਕਸ ਦਿੱਤਾ ਹੋਊਗਾ ਸਰਕਾਰ ਨੂੰ ਤਾਂ ਫਿਰ ਉਹ ਕੀ ਕਰ ਸਕਦੇ ਆ ਫਿਰ ਉਹ ਆਪਣਾ ਪੈਨਸ਼ਨ ਦੇ ਵਿੱਚ ਜਾ ਸਕਦੇ ਆ ਤਕਰੀਬਨ 100-200 ਕਰੋੜ ਸਰਕਾਰ ਇਸ ਮਹਿਕਮੇ ਦੇ ਵਿੱਚ ਲਾਉਣ ਲੱਗੀ ਆ ਅਤੇ ਤਕਰੀਬਨ 1 120 ਕਰੋੜ ਐਰੋ ਸਰਕਾਰ ਨੇ ਬਿਜਲੀ ਦੇ ਬਿੱਲਾਂ ਤੇ ਗੈਸ ਦੇ ਬਿੱਲਾਂ ਦੇ ਉੱਤੇ ਇਨਵੈਸਟ ਕਰਨ ਜਾ ਰਹੇ ਆ ਕਿਉਂ ਕਿਉਂਕਿ ਬਹੁਤ ਹੀ ਜ਼ਿਆਦਾ ਜਿਹੜਾ ਗੈਸ ਬਿਜਲੀ ਪਾਣੀ ਦੇ ਜਿਹੜੇ ਬਿੱਲ ਜੂਨ ਜੁਲਾਈ ਅਗਸਤ ਸਤੰਬਰ ਦੇ ਵਿੱਚ ਵਧਦੇ ਜਾ ਰਹੀ ਹੈ ਦੱਸਿਆ ਜਾ ਰਿਹਾ ਜੇਕਰ ਅਸੀਂ ਜਲਾਈ ਦੀ ਗੱਲ ਕਰੀਏ ਤਾਂ 9.9% ਤੇ ਬਿਜਲੀ ਦਾ ਜਿਹੜਾ 15.3% ਗੈਸ ਜਲਾਈ ਤੋਂ ਲੈ ਕੇ ਸਤੰਬਰ ਤੱਕ ਤਕਰੀਬਨ 30% ਤੱਕ ਵੱਧ ਗਈ ਆ ਤੇ ਦਸੰਬਰ ਤੱਕ ਹੋਰ 14% ਤੱਕ ਇਹ ਵੱਧ ਸਕਦੀ ਹੈ ਜਿਸ ਕਾਰਨ ਸਰਕਾਰ ਨੇ 12120 ਕਰੋੜ ਐਰੋ ਇੱਕ ਅਤੇ 700 ਕਰੋੜ ਐਰੋ ਜਿਹੜਾ ਹੋਰ ਇਨਵੈਸਟ ਕਰਨਾ ਤਾਂ ਜੋ ਕਿਸੇ ਵੀ ਤਰ੍ਹਾਂ ਇਟਲੀ ਦੇ ਵਿੱਚ ਜਿਹੜੇ ਲੋਕ ਰਹੈ ਰਹੇ ਨੇ ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਤੰਗੀ ਨਾ ਹੋਵੇ ਅਤੇ 2022 ਦੇ ਬਜਟ ਦੇ ਵਿੱਚ ਰੈਦੀਟੋ ਦੀ ਚਿਤਾਦਿਨਾਨਸਾ ਇੱਕ ਵਾਰ ਫਿਰ ਰੱਖਿਆ ਗਿਆ ਜੀ ਇਹਨੂੰ ਅੱਗੇ ਲੈ ਕੇ ਜਾਣਾ 100 ਕਰੋੜ ਰੈਦੀਟੋ ਦੀ ਚਿਤਾਦਿਨਾਨਸਾ ਲਈ ਸਰਕਾਰ ਨੇ ਇਨਵੈਸਟ ਕੀਤਾ ਕਿ ਜੇਕਰ ਕੋਈ ਵੀ ਬੰਦਾ ਹੋਵੇ ਇਟਲੀ ਦੇ ਵਿੱਚ ਜਿਹਦੇ ਕੋ ਕੰਮ ਜਾ ਕੋਈ ਪ੍ਰੋਬਲਮ ਹੋਵੇ ਤਾਂ ਰੈਦੀਟੋ ਦੀ ਚਿਤਾਦਿਨਾਨਸਾ 2022 ਦੇ ਵਿੱਚ ਵੀ ਉਹ ਅਪਲਾਈ ਕਰ ਸਕਦਾ ਜਿਨ੍ਹਾਂ ਦੇ ਕੰਮ ਕੁਮ ਘਟ ਜਾਂਦੇ ਨੇ ਤੇ ਜੇ ਅਸੀਂ ਫੈਮਿਲੀ ਦੀ ਗੱਲ ਕਰੀਏ ਫੈਮਿਲੀ ਦੇ ਵਿੱਚ ਕਿਹੜੇ ਦਮਾਉਂਦੇ ਨੇ ਇਹਨਾਂ ਦੇ ਵਿੱਚ ਗੱਲਬਾਤ ਕੀਤੀ ਜਾ ਰਹੀ ਹੈ ਜਿਹੜਾ ਕੁੰਚੇ ਤੋਂ ਦੀ ਪਤਰਨੀ ਤਾਂ ਹੈ ਜਿਹੜਾ ਬੱਚਾ ਹੋਣ ਤੋਂ ਬਾਅਦ ਜਿਹੜਾ ਬਾਪ ਘਰ ਵਿੱਚ ਰਹਿ ਸਕਦਾ ਜਾਂ ਮੰਮੀ ਘਰ ਦੇ ਵਿੱਚ ਰਹਿ ਸਕਦੀ ਹੈ ਦੋਹਾਂ ਦੇ ਵਿੱਚ ਜਿਹੜੇ ਘਰ ਦੇ ਵਿੱਚ ਰਹਿ ਸਕਦੇ ਆ ਉਹ ਕਿੰਨੇ ਦਿਨਾਂ ਪੰਜ ਤੋਂ 10 ਦਿਨਾਂ ਇਹ ਵੀ ਇਹਨਾਂ ਨੇ ਕਰਨਾ ਕਿ 10 ਦਿਨ ਰੱਖਣੇ ਆ ਜੀ ਜਿਹਦੀ ਬਕਾਇਦਾ ਜੇਕਰ ਬੰਦਾ ਕੰਮ ਕਰ ਰਿਹਾ ਉਹਦੀ ਤਨਖਾਹ ਮਿਲਣੀ ਆ ਉਹਨੂੰ ਕੱਢ ਨਹੀਂ ਸਕਦੇ ਪੁਲਿਸ ਮੈਂਗਮੇ ਦਾ ਇੱਕ ਅਫਸਰ ਕਾਰਬਿਨੀਅਰ ਮੈਂਗਮੇ ਦਾ ਇੱਕ ਅਫਸਰ ਜ ਜੀ ਦੀ ਉਮਰ 48 ਸਾਲਾ ਬਰਿੰਦੇਸੀ ਦੇ ਵਿੱਚ ਰਹਿਣ ਵਾਲਾ ਜਿਹਦਾ ਨਾਮ ਗੁਪਤ ਰੱਖਿਆ ਗਿਆ ਜੀ ਕਾਰਬਿਨੀਅਰੀ ਜਿਹੜੀ ਬਾਰੀ ਦੇ ਇਹਨਾਂ ਨੇ ਉਸ ਬੰਦੇ ਨੂੰ ਰੱਖਿਆ ਸੀਗਾ ਬਾਰੀ ਦੇ ਵਿੱਚ ਜਿਹੜੀ ਇੱਕ ਸ਼ਹਿਰੀ ਉਹਦੇ ਵਿੱਚ ਫੈਸਲਾ ਹੋ ਰਿਹਾ ਜੀ ਬੱਚਿਆਂ ਦੇ ਨਾਲ ਜਿਹੜਾ ਸ਼ੋਸ਼ਣ ਕੀਤਾ ਜਾਂਦਾ ਬੱਚਿਆਂ ਦੇ ਨਾਲ ਸਰੀਰਕ ਜਿਹੜੇ ਸ਼ੋਸ਼ਣ ਕੀਤੇ ਜਾਂਦੇ ਨੇ ਉਹਨਾਂ ਦੀ ਤਕਰੀਬਨ ਦੱਸਿਆ ਜਾ ਰਿਹਾ 1 ਲੱਖ ਫੋਟੋ ਅਤੇ 48 ਵੀਡੀਓ ਸਨ ਜਿਨ੍ਹਾਂ ਨੂੰ ਇਹਨੇ ਥਾਣੇ ਦੇ ਵਿੱਚ ਬੈਠ ਕੇ ਵੀ ਦੇਖਿਆ ਤੇ ਦੱਸਿਆ ਜਾ ਰਿਹਾ ਕਿ ਜਿਹੜਾ ਵੀ ਬੰਦਾ ਇਹ ਜਿਹੜੇ ਛੋਟੇ ਬੱਚਿਆਂ ਦੀ ਗਲਤ ਤਸਵੀਰਾਂ ਜਾਂ ਗਲਤ ਵੀਡੀਓ ਦੇਖਦਾ ਤਾਂ ਉਹ ਬੰਦਾ ਉਹਦੇ ਸਿਰ ਕੇਸ ਹੋ ਸਕਦਾ ਤੇ ਇਦਾਂ ਦਾ ਹੀ ਹੁਣ ਇਹਦੇ ਸਿਰ ਪ੍ਰੋਸੈਸ ਇੱਕ ਅਫੀਸਰ ਸਿਰ ਵੀ ਚਲਣੀ ਹੈ ਜੀ ਗ੍ਰੀਨ ਪਾਸਾ ਜਿਹੜਾ ਜੀ ਇਹਦੇ ਕਾਰਨ ਬਹੁਤ ਗਾਹ ਪਿਆ ਜੀ ਕਿ ਕੰਮਾਂ ਤੇ ਸਾਰੇ ਪਾਸੇ ਗ੍ਰੀਨ ਪਾਸ ਦੀ ਲੋੜ ਹੌਲੀ ਹੌਲੀ ਸ਼ਾਇਦ ਇਹ ਕਰਦਣ ਕਿ ਜਿਹੜਾ ਹਸਪੀਟਲਾਂ ਦੇ ਵਿੱਚ ਇਹਨਾਂ ਦੇ ਵਿੱਚ ਵੀ ਜਾਣ ਦੇ ਲਈ ਗ੍ਰੀਨ ਪਾਸ ਹੋ ਸਕਦਾ ਪਰ ਕਰਤੇ ਨਹੀਂ ਸਕਦੇ ਪਰ ਸਰਕਾਰ ਆ ਜੇਕਰ ਧੱਕੇ ਤੇ ਉਤਰੇ ਜਾਵੇ ਤਾਂ ਕੰਮ ਤੇ ਜਾਣ ਲਈ ਵੀ ਤਾਂ ਇਹਨਾਂ ਨੇ ਇੱਕ ਤਰ੍ਹਾਂ ਕਿਸਮ ਦਾ ਧੱਕਾ ਕੀਤਾ ਤਾਂ ਹਸਪਤਾਲਾਂ ਦੇ ਵਿੱਚ ਜਾਣ ਲਈ ਵੀ ਕਰ ਸਕਦੀ ਹੈ ਜੀ ਤਾਂ ਜੋ ਵੱਧ ਤੋਂ ਵੱਧ ਜਿਨ੍ਹਾਂ ਨੇ ਵੈਕਸੀਨ ਨਹੀਂ ਲਵਾਈ ਉਹ ਵੈਕਸੀਨ ਲਵਾਣ ਹੁਣ ਗ੍ਰੀਨ ਪਾਸ ਦੇ ਕਾਰਨ ਕਾਫੀ ਚੀਜ਼ਾਂ ਬੰਦੇ ਨੇ ਤੋਂ ਬੰਝੇ ਰਹਿ ਜਾਂਦੇ ਆ ਤੇ ਕਾਰਾਬਿੰਨੀਰੀ ਦੀ ਜਿਹੜੀ ਬਾਦਵਾਦੇ ਜਿਹੜੇ ਮਹਿਕਮਾ ਜੀ ਨਾਸ ਵਾਲਿਆਂ ਦਾ ਇੱਕ ਫਾਰਮੇਸੀ ਜਿਹੜਾ ਮੈਡੀਕਲ ਸਟੋਰ ਹੁੰਦਾ ਫਾਰਮੇਸੀ ਇਹਦੇ ਉਹ ਦਿਨ ਉਹਦੇ ਉੱਤੇ ਕੰਟਰੋਲ ਕਰ ਰਹੇ ਨੇ ਕਿਉਂਕਿ ਕਿਸੇ ਬੰਦੇ ਨੇ ਉਹਨਾਂ ਨੂੰ 500 ਰੁਪਏ ਦਿੱਤੇ ਤੇ ਕਿਹਾ ਆਹ ਲਾ ਚੱਕ 500 ਰੁਪਏ ਮੈਨੂੰ ਗ੍ਰੀਨ ਪਾਸ ਦੇ ਦੇ ਗ੍ਰੀਨ ਪਾਸ ਦੇ ਦੇ ਮਤਲਬ ਕਿ ਜਿਹੜਾ ਟੰਪੋ ਨੇ ਕਰਾਈਦਾ ਹੁੰਦਾ ਟੰਪੋ ਨੇ ਗਲਤ ਕਰਦੇ ਕਿਸੇ ਵੀ ਪਾਸੇ ਟੰਪੋ ਨੇ ਲੈ ਦੋ ਟੰਪੋ ਨੇ ਤੋਂ ਬਾਅਦ ਜਿਹੜਾ ਮੈਨੂੰ ਗ੍ਰੀਨ ਪਾਸ ਦੇ ਦੋ ਇਹ ਜੋ ਘਟਨਾ ਜੀ 15 ਅਕਤੂਬਰ ਨੂੰ ਵਾਪਰੀ ਆ ਜਿਹਦੀ ਗੱਲ ਜਿਹਦੀ ਖਬਰ ਪੁਲਿਸ ਦੇ ਵਿਭਾਗੇ ਤੱਕ ਪਹੁੰਚ ਗਈ ਹੁਣ ਦੋਹਾਂ ਦੇ ਉੱਤੇ ਇਨਕੁਆਇਰੀ ਚੱਲ ਰਹੀ ਹੈ ਕਿ ਉਹਨੇ ਪਹਿਲਾਂ ਵੀ ਪੈਸੇ ਲੈ ਜਿਹੜੇ ਉਹਨੇ ਬੰਦੇ ਨੇ ਦੂਸਰੀ ਵਾਰ ਉਹਨੂੰ ਪੈਸੇ ਉਹਨੂੰ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਕੀ ਉਸ ਬੰਦੇ ਨੇ ਕਿਸੇ ਹੋਰ ਪਾਸੇ ਵੀ ਤਾਂ ਟਰਾਈ ਕੀਤੀ ਜਾਂ ਫਿਰ ਕਿਤੇ ਇਦਾਂ ਤਾਂ ਨਹੀਂ ਕਿਤੇ ਮੈਡੀਕਲ ਸਟੋਰਾਂ ਵਾਲੇ ਜਿਹੜੇ ਫਾਰਮੇਸੀਆਂ ਵਾਲੇ ਆ ਕਿਤੇ ਪੈਸੇ ਲੈ ਕੇ ਡੁਪਲੀਕੇਟ ਗ੍ਰੀਨ ਪਾਸ ਤਾਂ ਨਹੀਂ ਬਣਾ ਬਣਾ ਕੇ ਦੇਈ ਜਾਂਦੇ ਇਸ ਉੱਤੇ ਹੁਣ ਇਸ ਟਾਈਮ ਜਿਹੜਾ ਨਾਸ ਦਾ ਮਹਿਕਮਤਲੀ ਦੇ ਵਿੱਚ ਸਾਰੇ ਪਾਸੇ ਚੈਕਿੰਗ ਦਾ ਛਾਪੇ ਮਾਰਨੇ ਸ਼ੁਰੂ ਕਰੂਗਾ ਜੀ ਜਿਸ ਟਾਈਮ ਮੈਦਾਨਾਂ ਦੇ ਵਿੱਚ ਖੇਡਣ ਜਾਂਦੇ ਆ ਬੱਚੇ ਪਾਰਕਾਂ ਦੇ ਵਿੱਚ ਖੇਡਣ ਜਾਂਦੇ ਆ ਬੱਚੇ ਤਾਂ ਉਸ ਟਾਈਮ ਬਹੁਤ ਹੀ ਉਹਨਾਂ ਦਾ ਧਿਆਨ ਰੱਖਣ ਦੀ ਲੋੜ ਆ ਕਿਉਂਕਿ ਬੱਚਿਆਂ ਨੂੰ ਪਤਾ ਨਹੀਂ ਹੁੰਦਾ ਉਹਨਾਂ ਨੇ ਕਿਸ ਜਗ੍ਹਾ ਤੇ ਜਾ ਕੇ ਸੱਟ ਲਵਾ ਲੈਣੀ ਆ ਇਦਾਂ ਹੀ ਇੱਕ ਮੈਦਾਨ ਹਸ ਕੰਪੋਸਟਪੁਰਤੀ ਉਹ ਰੌਕਾ ਦੀ ਬੋਤੇ ਦੇ ਵਿੱਚ ਜਿੱਥੇ ਇੱਕ 5 ਸਾਲ ਦੀ ਬੱਚੀ ਖੇਡ ਰਹੀ ਸੀ ਤੇ ਉਹਦੇ ਉੱਤੇ ਜਿਹੜਾ ਫੁੱਟਬਾਲ ਦੇ ਜਿਹੜੇ ਹੁੰਦੇ ਫੁੱਟਬਾਲ ਜਿੱਤੇ ਗੋਲ ਕਰੀਦਾ ਹੁੰਦਾ ਉਹ ਜਿਹੜਾ ਉਹ ਡਿਗਿਆ ਉਹ ਜਿਹੜੇ ਪੈਪਜੇ ਹੁੰਦੇ ਹਨ ਜਿਹਨੂੰ ਪੋਰਤਾ ਕਹਿੰਦੇ ਅਸੀਂ ਉਹ ਡਿਗਿਆ ਜਿਸ ਦੇ ਨਾਲ ਉਸ 5 ਸਾਲ ਦੀ ਬੱਚੀ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਸਾਰੇ ਪਾਸੇ ਅਲਰਟ ਜਾਰੀ ਕੀਤਾ ਅਲਰਟ ਕਹਿ ਸਕਦੇ ਸਾਰਿਆਂ ਨੂੰ ਸਾਵਧਾਨ ਕੀਤਾ ਜਾ ਰਿਹਾ ਕਿ ਬੱਚਿਆਂ ਦਾ ਹਮੇਸ਼ਾ ਹੀ ਖਿਆਲ ਰੱਖੋ ਸਪੈਸ਼ਲੀ ਜੇਕਰੋ ਕਿ ਜਿਹੜੇ ਫੋਟੋ ਵੱਲ ਜਿਹੜਾ ਪੌਰ ਦਾ ਹੁੰਦਾ ਜਿੱਥੇ ਗੋਲ ਕਰਨਾ ਹੁੰਦਾ ਉਸ ਦੇ ਨੇੜੇ ਤੇ ਜਿਹੜੇ ਰਹਿੰਦੇ ਹੁਣ ਕਿਉਂਕਿ ਉਹ ਜਿਹੜੇ ਪੈਪ ਹੁੰਦੇ ਨੇ ਉਹ ਥੋੜੇ ਪਾਰੇ ਹੁੰਦੇ ਨੇ ਇੱਕ ਨਜ਼ਰ ਇੰਗਲੈਂਡ ਵੱਲ ਵੀ ਲੈ ਚੱਲਦੇ ਹਾਂ ਜੀ ਇੰਗਲੈਂਡ ਦੇ ਵਿੱਚ ਕੇਸਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ 40000 ਦਾ ਜਿਹੜਾ ਆਂਕੜਾ ਇੱਕ ਵਾਰ ਫਿਰ ਲਗਾਤਾਰ ਪਾਰ ਕਰਦੀ ਦਿਖ ਰਹੀ ਹੈ ਜੀ ਇੰਗਲੈਂਡ ਤੇ 200 ਬੰਦਿਆਂ ਦੀ ਮੌਤ ਜਦ ਹੋਈ ਤਾਂ ਉੱਥੇ ਫਿਰ ਇੱਕ ਵਾਰ ਹਲਚਲ ਮਚ ਗਈ ਜੀ ਇਹ ਜੋ 200 ਬੰਦਿਆਂ ਦੀ ਮੌਤ ਇੰਗਲੈਂਡ ਦੇ ਵਿੱਚ ਹੋਈ ਆ ਪਹਿਲੀ ਵਾਰ ਇਹ ਜਿਹੜਾ ਡਾਟਾ ਤਕਰੀਬਨ ਮਾਰਚ ਦੇ ਦਿਨ ਤੇ ਦੱਸ ਰਹੇ ਨੇ ਕਿ ਜਿੱਦਾਂ ਮਾਰਚ ਦੇ ਵਿੱਚ ਬੰਦਿਆਂ ਦੀ ਮੌਤ ਹੋ ਰਹੀ ਸੀ ਉਦਾਂ ਹੀ ਮੌਤ ਹੋ ਰਹੀ ਹੈ ਪਰ ਜਿਹੜੇ ਉੱਥੇ ਦੇ ਪ੍ਰਾਈਮ ਮਿਨਿਸਟਰ ਜੇਕਰ ਬੌਰੀਸ ਜੌਨਸਨ ਦੀ ਗੱਲ ਕਰੀਏ ਤਾਂ ਉਹ ਕਹਿ ਰਹੇ ਨੇ ਕਿ ਸਿਸਟਮ ਹਰ ਇੱਕ ਚੀਜ਼ ਅੰਡਰ ਕੰਟਰੋਲ ਹੈ ਅਜੇ ਕਵਰਾਂ ਦੀ ਲੋਡ ਨਹੀਂ ਹੈਗੀ ਤੇ ਇਹਨਾਂ ਨੇ ਇੱਕ ਗੱਲ ਕੱਢੀ ਜੇਕਰ ਇੱਕ ਨੰਬਰ ਸਾਹਮਣੇ ਆ ਕਿ ਇੰਗਲੈਂਡ ਦੇ ਵਿੱਚ ਇਹਨਾਂ ਨੇ ਪਲਾਨ ਤਿਆਰ ਕੀਤਾ ਕਿ ਜੇਕਰ ਬੰਦਿਆਂ ਦੀ ਜਿਹੜੀ ਮਰਨ ਵਾਲਿਆਂ ਦੀ ਗਿਣਤੀ 250 ਤੋਂ ਟੱਪ ਜਾਂਦੀ ਹੈ ਤਾਂ ਫਿਰ ਅਸੀਂ ਸੋਚਾਂਗੇ ਕਿ ਸ਼ਾਇਦ ਮਾਮਲਾ ਗੜਬੜਾ ਜਿੰਨਾ ਟਾਈਮ ਬੰਦੇ ਹਰ ਰੋਜ਼ 250 ਤੋਂ ਥੱਲੇ ਮਰ ਰਹੇ ਨੇ ਤਾਂ ਓਨਾ ਟਾਈਮ ਇਹਨਾਂ ਦੇ ਲਈ ਜਿਹੜਾ ਕੰਮ ਸਾਰਾ ਕੁਝ ਅੰਡਰ ਕੰਟਰੋਲ ਹੈ ਜੀ ਇਹਨਾਂ ਇਹ ਸੋਚ ਰਹੇ ਨੇ ਕਿ ਸ਼ਾਇਦ ਇਹਨਾਂ ਨੂੰ ਡਾਰਨ ਦੀ ਲੋੜ ਨਹੀਂ ਲੋਕਾਂ ਨੂੰ ਪਾਬੰਦੀਆਂ ਲਾਉਣ ਦੀ ਲੋੜ ਨਹੀਂ ਹੈ ਕਿ 200 ਬੰਦੇ ਜਾਂ 250 ਬੰਦੇ ਦੀ ਕੋਈ ਕੀਮਤ ਨਹੀਂ ਜਿਹੜੀ ਇਹਨਾਂ ਦੀ ਮੌਤ ਹੋ ਰਹੀ ਹੈ ਜੀ ਇੰਡੀਆ ਵਿੱਚ ਮੌਸਮ ਹੋਇਆ ਖਰਾਬ ਜਦੇ ਨਾਲ ਇਸ ਟਾਈਮ ਵੀਡੀਓ ਵਾਇਰਲ ਹੋ ਰਹੀਆਂ ਨੇ YouTube ਤੇ ਸੋਸ਼ਲ ਮੀਡੀਆ ਤੇ ਕਾਫੀ ਵੀਡੀਓ ਆ ਚੱਲ ਰਹੀਆਂ ਨੇ ਕਿਸ ਹਾਲਤ ਦੇ ਨਾਲ ਫੌਜੀ ਜਿਹੜੇ ਬੰਦੇ ਐ ਮਿਲਟਰੀ ਉਤਰ ਆਈ ਹੈ ਜਿਹੜਾ ਪਾਣੀ ਤੋਂ ਬਚਾਉਣ ਦੇ ਲਈ ਜਿਹੜਾ ਉੱਥੇ ਨਹਿਰ ਦਾ ਮਾਹੌਲ ਜਿਹੜਾ ਹੜ ਦਾ ਮਾਹੌਲ ਬਣ ਗਿਆ ਜੀ ਇੰਨਾ ਪਾਣੀ ਉੱਥੇ ਲਹਿਰਾਂ ਆ ਰਹੀਆਂ ਨੇ ਤੇ ਬੰਦਿਆਂ ਨੂੰ ਦੁਕਾਨਾਂ ਦੇ ਵਿੱਚੋਂ ਕੱਢਿਆ ਜਾ ਰਿਹਾ ਤੇ 46 ਬੰਦਿਆਂ ਦੀ ਮੌਤ ਜਿਹੜੀ ਹੁਣ ਤੱਕ ਦੱਸਿਆ ਜਾ ਰਿਹਾ ਕਿ ਰਜਿਸਟਰ ਹੋ ਚੁੱਕੀ ਹੈ ਜੀ ਤੇ ਕਾਫੀ ਜਿਹੜੇ ਕਾਫੀ ਦੁਕਾਨਾਂ ਜਿਹੜੀਆਂ ਲਾਈਵ ਦੇ ਵਿੱਚ ਫੋਟੋਆਂ ਦੇ ਵਿੱਚ ਕੈਮਰਾ ਚ ਕੈਦ ਹੋਈਆਂ ਕਿ ਡੇਗ ਰਹੀਆਂ ਹਨ ਵੱਧਿਆ ਜੀ ਰਸ਼ੀਆ ਵੱਲ ਰਸ਼ੀਆ ਦੇ ਵਿੱਚ ਦੱਸਿਆ ਜਾ ਰਿਹਾ ਕਿ ਇੱਕ ਵਾਰ ਫਿਰ ਗਿਣਤੀ ਹੈ ਜਿਹੜੀ ਹੈ ਲਗਾਤਾਰ ਵੱਧਦੀ ਜਾ ਰਹੀ ਹੈ ਉੱਥੇ ਵੀ ਕੇਸਾਂ ਦੀ ਤੇ ਉੱਥੇ ਦੇ ਜਿਹੜੇ ਪ੍ਰਧਾਨ ਮੰਤਰੀ ਹੈ ਜੀ ਪੁਤਿਨ ਜੀ ਉਹਨਾਂ ਨੇ ਇੱਕ ਨਵਾਂ ਫੈਸਲਾ ਲਿਆ ਕਿ 30 ਅਕਤੂਬਰ ਤੋਂ ਲੈ ਕੇ 7 ਨਵੰਬਰ ਤੱਕ ਜਿਨ੍ਹਾਂ ਦੀ ਉਮਰ 60 ਸਾਲ ਤੋਂ ਉੱਤੇ ਹੈ ਉਹ ਕੰਮ ਤੇ ਨਾ ਜਾਣ ਇੱਕ ਹਫ਼ਤੇ ਦੀ ਉਹਨਾਂ ਨੂੰ ਛੁੱਟੀਆਂ ਮਿਲਣੀਆਂ ਛੁੱਟੀਆਂ ਦੇ ਜਿਹੜੇ ਉਹਨਾਂ ਨੂੰ ਪੈਸੇ ਦਿੱਤੇ ਜਾਣਗੇ ਕਾਰਨ ਕਾਰਨ ਇਹ ਹੈ ਜੀ ਕਿ ਉੱਥੇ ਜਿਹੜਾ ਮੌਤਾਂ ਦੀ ਗਿਣਤੀ ਹੈ 700 ਮੀਡੀਅਮ ਐਵਰੇਜ ਆ ਰਹੀ ਹੈ ਜੀ तकरीबन तकरीबन ਜੁਲਾਈ ਤੋਂ ਲੈ ਕੇ ਸਤੰਬਰ ਤੱਕ 700 ਬੰਦਾ ਮਰ ਰਿਹਾ ਹੈ ਪਰ ਕੱਲ ਜੋ ਹੋਇਆ ਲਾਸਟ 48 ਘੰਟਿਆਂ ਦੇ ਵਿੱਚ ਉੱਥੇ ਹਜ਼ਾਰ ਤੋਂ ਉੱਤੇ ਬੰਦਿਆਂ ਦੀ ਮੌਤ ਹੋਈ ਹੈ ਜਿਸ ਕਾਰਨ ਨਹੀਂ ਕਿਹਾ ਜੀ ਜਿਨ੍ਹਾਂ ਕੰਮਾਂ ਦੀ ਲੋੜ ਨਹੀਂ ਹੈਗੀ ਜਿਹੜੇ ਕੰਮਾਂ ਤੋਂ ਬਿਨਾ ਸਰ ਸਕਦਾ ਜਿਹੜੀ ਦੁਕਾਨਾਂ ਤੋਂ ਵੀ ਨਾ ਸਰ ਸਕਦਾ ਜੀ ਉਹਨਾਂ ਦੁਕਾਨਾਂ ਨੂੰ ਉਹਨਾਂ ਕੰਮਾਂ ਨੂੰ ਬੰਦ ਕਰ ਦਿੱਤਾ ਜਾਊਗਾ ਜੀ ਤਾਂ ਜੋ ਬੰਦਿਆਂ ਦੀ ਹਿਫਾਜ਼ਤ ਬੰਦਿਆਂ ਨੂੰ ਸੇਫ ਰੱਖਿਆ ਜਾਵੇ ਜੀ ਅਦੇ ਇਟਲੀ ਦੇ ਵਿੱਚ ਜੇਕਰ ਵੈਕਸੀਨ ਦੀ ਗੱਲ ਕਰੀਏ ਤਾਂ 7 ਲੱਖ ਤੋਂ ਉੱਤੇ ਬੰਦਿਆਂ ਨੇ ਜਿਹੜੀ ਵੈਕਸੀਨ ਤਕਰੀਬਨ ਲੱਗ ਚੁੱਕੀ ਹੈ ਤੇ ਜਿਹੜਾ ਵੈਕਸੀਨ ਹੈ ਤੀਸਰੇ ਡੋਜ਼ ਦੀ ਅਸੀਂ ਗੱਲ ਕਰ ਰਹੇ ਹਾਂ 7 ਲੱਖ ਦੇ ਤੇ ਜ਼ਿਆਦਾਤਰ ਜਿਹਨਾਂ ਦੀ ਉਮਰ 80 ਸਾਲ ਤੋਂ ਉੱਤੇ ਉਹਨਾਂ ਦੇ ਵੈਕਸੀਨ ਲੱਗ ਰਹੇ ਤੇ ਜਿਹੜੇ 올ਡ एज ਹੋਮ ਬਿਰਧ ਆਸ਼ਰਮਾਂ ਦੇ ਵਿੱਚ ਨੇ ਉਹਨਾਂ ਦੇ ਇਹ ਜਿਹੜੀ ਵੈਕਸੀਨ ਲਾ ਰਹੇ ਨੇ ਪਰ ਆਪਣੇ ਇਟਲੀ ਦੇ ਜਿਹੜੇ ਮਿਨਿਸਟਰ ਸਪੇਰਾਂਸਾ ਜੀ ਆ ਜਿਹੜੇ ਆਪਣੇ ਸਿਹਤ ਵਿਭਾਗ ਦੇ ਮੰਤਰੀ ਨੇ ਸਿਹਤ ਮੰਤਰੀ ਆਪਣੇ ਰੋਬਰਟੋ ਸਪੇਰਾਂਜ਼ਾ ਦੀ ਨਵਾਂਖਬਿਆਨਾ ਰਹਿ ਕੇ ਰਹੇ ਨੇ ਕਿ ਹੌਲੀ ਹੌਲੀ ਜੀ ਨਾ ਉਮਰ 60 ਸਾਲ ਤੋਂ ਉੱਤੇ ਆ ਅਸੀਂ ਉਹਨਾਂ ਦੇ ਬਾਰੇ ਵੀ ਸੋਚ ਰਹੇ ਹਾਂ ਕਿ ਜਿਨ੍ਹਾਂ ਦੀ ਉਮਰ 60 ਸਾਲ ਤੋਂ ਉੱਤੇ ਆ ਉਹਨਾਂ ਬੰਦਿਆਂ ਦੇ ਵੀ ਵੈਕਸੀਨ ਦਾ ਜਿਹੜਾ ਤੀਸਰਾ ਡੋਜ਼ ਲਾਣਾ ਸ਼ੁਰੂ ਕੀਤਾ ਜਾਵੇ ਆਸਟਰੀਆ ਦੇ ਵਿੱਚ ਵੀ ਆਸਟਰੀਆ ਨੇ ਵੀ ਇਟਲੀ ਦਾ ਹੀ ਪਿੱਛਾ ਕੀਤਾ ਇਟਲੀ ਦੀ ਨਕਲ ਕਰ ਰਿਹਾ ਜੀ ਆਸਟਰੀਆ ਵੀ ਆਸਟਰੀਆ ਨੇ ਵੀ ਦੱਸਿਆ ਵੀ ਜਿਹੜੇ ਵੀ ਬੰਦੇ ਕੰਮ ਤੇ ਜਾਣਾ ਚਾਹੁੰਦੇ ਨੇ 1 ਨਵੰਬਰ ਤੋਂ ਜਿਹੜਾ ਵੀ ਬੰਦਾ ਕੰਮ ਤੇ ਜਾਵੇ ਉਹਦੇ ਕੋਲ ਗ੍ਰੀਨ ਪਾਸ ਹੋਣਾ ਚਾਹੀਦਾ ਗ੍ਰੀਨ ਪਾਸ ਹੋਣਾ ਚਾਹੀਦਾ ਜੋ ਕਿ ਮਿਲਦਾ ਬੰਦਾ ਪੋਜ਼ਿਟਿਵ ਤੋਂ ਨੈਗੇਟਿਵ ਹੋਇਆ ਜਾਂ ਫਿਰ ਵੈਕਸੀਨ ਲੱਗੀ ਆ ਜਾਂ ਤਾਂ ਫਿਰ ਟੰਪੋ ਲਿਖ ਰਾਇ ਤੇ ਜਿਨ੍ਹਾਂ ਬੰਦਿਆਂ ਕੋ ਗ੍ਰੀਨ ਪਾਸ ਨਹੀਂ ਹੋਊਗਾ ਉਹਨਾਂ ਨੂੰ ਫਿਰ ਕੰਮ ਉੱਤੇ ਨਹੀਂ ਜਾਣ ਦਿੱਤਾ ਜਾਊਗਾ ਤੇ ਜੁਰਮਾਨੇ ਆ ਜਿਹੜੇ 500 ਤੋਂ ਲੈ ਕੇ 3600 ਰੁਪਏ 3600 ਰੁਪਏ ਤੱਕ ਜੁਰਮਾਨਾ ਕੀਤਾ ਜਾ ਸਕਦਾ ਜੇਕਰ ਕੋਈ ਬੰਦਾ ਕੰਮ ਤੇ ਫੜਿਆ ਗਿਆ ਕੰਮ ਤੇ ਫੜਿਆ ਗਿਆ ਤੇ ਉੱਥੇ ਚੈਕਿੰਗ ਹੋਈ ਤੇ ਉਹਦੇ ਕੋਲ ਗ੍ਰੀਨ ਪਾਸ ਨਾ ਹੋਵੇ ਇਹ ਆ ਜੀ ਇਸ ਟਾਈਮ ਜੋ ਸਰਕਾਰ ਕਰ ਰਹੀ ਹੈ ਜੀ ਅਗਲਾ ਅਪਡੇਟ ਆ ਰਿਹਾ ਜੀ ਇੰਗਲੈਂਡ ਵੱਲ ਜੇਕਰ ਅਸੀਂ ਦੇਖੀ ਇੰਗਲੈਂਡ ਦੇ ਵਿੱਚ ਗਿਣਤੀ ਵਾਧੀ ਦੇਖ ਕੇ ਜਿਹੜਾ ਮਰਾਕੋ ਆ ਮਰਾਕੋ ਨੇ ਇੰਗਲੈਂਡ ਜਰਮਨ ਅਤੇ ਹਾਲੈਂਡ ਵੱਲ ਨੂੰ ਜਿਹੜੀਆਂ ਜਾਨਵਰੀਆਂ ਫਲਾਈਟਾਂ ਉਹਨਾਂ ਨੂੰ ਸਸਪੈਂਡ ਕਰਤਾ ਉਹ ਕਹਿ ਰਹੇ ਨੇ ਜਿਕੇ ਅਸੀਂ ਆਪਣਾ ਸਿਕਿਉਰਟੀ ਲੈਵਲ ਦੇ ਉੱਤੇ ਅਸੀਂ ਇਹਨਾਂ ਨੂੰ ਕਰ ਦਿੱਤਾ ਜੀ ਤੇ ਨਿਊਯਾਰਕ ਤੋਂ ਅਗਲਾ ਅਪਡੇਟ ਆ ਰਿਹਾ ਜੀ ਨਿਊਯਾਰਕ ਤੋਂ ਜਿਹੜਾ ਅਪਡੇਟ ਆ ਰਿਹਾ ਕਹਿ ਰਹੇ ਨੇ ਕਿ ਜਿਹੜੇ ਮਿਊਨਿਸਪੈਲਟੀ ਦੇ ਵਿੱਚ ਜਿੰਨੇ ਵੀ ਬੰਦੇ ਕੰਮ ਕਰ ਰਹੇ ਨੇ ਸਰਕਾਰੀ ਦਫ਼ਤਰਾਂ ਦੇ ਜੀ ਜਿਹੜੇ ਕੰਮ ਕਰ ਰਹੇ ਨੇ ਉਹਨਾਂ ਦੇ ਕੋਲ ਵੈਕਸੀਨ ਲੱਗੀ ਹੋਣੀ ਉਹਨਾਂ ਦੇ ਜ਼ਰੂਰੀ ਆ ਉਹਨਾਂ ਦੇ ਕੋਲ ਗ੍ਰੀਨ ਪਾਸ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਪਰ ਜੇ ਟੈਕਸਾਸ ਦੀ ਗੱਲ ਕਰੀ ਤਾਂ ਟੈਕਸਾਸ ਵਾਲੇ ਕਹਿੰਦੇ ਆ ਗ੍ਰੀਨ ਪਾਸ ਦੀ ਲੋੜ ਨਹੀਂ ਵੈਕਸੀਨ ਦੀ ਲੋੜ ਨਹੀਂ ਹੈਗੀ ਅਸੀਂ ਕਹਿ ਸਕਦੇ ਹਾਂ ਕਿ ਇੱਕ ਦੇਸ਼ ਦੇ ਵਿੱਚ ਆਲੇ-ਦੁਆਲੇ ਜਿਹੜੀਆਂ ਗੱਲਾਂ ਚੱਲ ਰਹੀਆਂ ਜੀ ਪਰ ਜੇ ਅਮਰੀਕਾ ਦੇ ਵਿੱਚ ਅਸੀਂ ਦੇਖਿਆ ਅਮਰੀਕਾ ਦੇ ਵਿੱਚ ਦੱਸਿਆ ਜਾ ਰਿਹਾ ਕਾਗੂ ਸ਼ਹਿਰ ਦੇ ਵਿੱਚ ਜਾ ਰਹੇ 21 ਪੁਲਿਸ ਵਾਲਿਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਸਸਪੈਂਡ ਕਰਨ ਦਾ ਕਾਰਨ ਕੀ ਸਸਪੈਂਡ ਕਰਨ ਦਾ ਕਾਰਨ ਇਹ ਹੈ ਜੀ ਉਹਨਾਂ ਤੋਂ ਪੁੱਛਿਆ ਗਿਆ ਤੁਸੀਂ ਵੈਕਸੀਨ ਲਵਾਈ ਆ ਜਾਂ ਨਹੀਂ ਲਵਾਈ ਆ ਪਈ ਤੂੰ ਸਿੱਧੇ ਦੱਸ ਦੋ ਤੇ ਉਹ ਆਪਣਾ ਕੁਝ ਵੀ ਨਹੀਂ ਦੱਸ ਰਹੇ ਕਿ ਉਹਨਾਂ ਨੇ ਵੈਕਸੀਨ ਲਵਾਈ ਆ ਜਾਂ ਨਹੀਂ ਲਵਾਈ ਜਿਸ ਕਾਰਨ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤਨਖਾਹ ਉਹਨਾਂ ਦੀ ਰੋਕ ਦਿੱਤੀ ਗਈ ਹੈ ਉਹ ਕਹਿੰਦੇ ਜੀ ਆਪਣਾ ਸ਼ੋਅ ਕਰੋ ਜੇ ਤਾਂ ਵੈਕਸੀਨ ਲਵਾਈ ਆ ਤਾਂ ਤੁਹਾਨੂੰ ਪੈਸੇ ਮਿਲਣਗੇ ਤੁਹਾਨੂੰ ਬੁਲਾਇਆ ਜਾਊਗਾ ਜੇ ਅਗਰ ਤੁਸੀਂ ਵੈਕਸੀਨ ਨਹੀਂ ਲਵਾਈ ਤਾਂ ਫਿਰ ਤੁਹਾਨੂੰ ਐਵੇਂ ਛੱਡ ਦਿੱਤਾ ਜਾਊਗਾ ਇਟਲੀ ਦੇ ਵਿੱਚ ਦੋ ਪਿੰਡਾਂ ਦੇ ਵਿੱਚ ਲੱਗ ਗਿਆ ਇੱਕ ਹੋਰ ਅਫੇਅਰ ਰੈੱਡ ਜ਼ੋਨ ਕੀ ਅਸੀਂ ਕਹਿ ਸਕਦੇ ਕਿ ਇਟਲੀ ਦੇ ਵਿੱਚ ਸਿਆਲ ਆਣ ਦੇ ਨਾਲ ਮੌਸਮ ਜਿਹੜਾ ਠੰਡਾ ਹੋਣ ਦੇ ਨਾਲ ਠੰਡੇ ਮੌਸਮ ਦੇ ਵਿੱਚ ਵੈਸੇ ਵੀ ਠੰਡਰ ਜੁਕਾਮ ਤਾਂ ਨਾਰਮਲੀ ਹੋਇਆ ਹੀ ਰਹਿੰਦਾ ਹੈ ਕੀ ਅਸੀਂ ਕਹਿ ਸਕਦੇ ਕਿ ਸਿਆਲ ਆਣ ਦੇ ਨਾਲ ਇਟਲੀ ਦੇ ਵਿੱਚ ਇੱਕ ਹੋਰ ਅਫੇਅਰ ਰੈੱਡ ਜ਼ੋਨ ਲੱਗਣੇ ਸ਼ੁਰੂ ਹੋ ਗਏ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ ਪਿਛਲੇ ਸਾਲ ਨਵੰਬਰ ਤੋਂ ਸ਼ੁਰੂ ਹੋ ਗਏ ਸੀ ਇਸ ਸਾਲ ਦੇਖਦੇ ਇਟਲੀ ਦੇ ਵਿੱਚ ਜੇਕਰ ਗੱਲ ਕਰੀਏ ਦੋ ਨਵੇਂ ਰੈੱਡ ਜ਼ੋਨਾਂ ਦੀ ਤਾਂ ਕਲਾਬਰੀਆ ਦੇ ਵਿੱਚ ਲੱਗੇ ਨੇ ਜੀ ਦੋ ਰੈੱਡ ਜ਼ੋਨ ਉੱਥੇ ਦੇ ਜਿਹੜੇ ਪ੍ਰਧਾਨ ਨੇ ਨੀਨੋਸਪਰੇਲੀ ਜੀ ਉਹਨਾਂ ਨੇ ਲਾਇਆ ਜੀ ਨਵਾਂ ਫਰਮਾਨ ਜਾਰੀ ਕੀਤੇ ਨੇ ਕਿ 20 ਅਕਤੂਬਰ ਰਾਤ 22 ਤੋਂ ਲੈ ਕੇ ਰਾਤ ਦੇ 10 ਵਜੇ ਤੋਂ ਲੈ ਕੇ 30 ਅਕਤੂਬਰ ਤੱਕ ਜਿਹੜਾ ਦੋ ਪਿੰਡਾਂ ਦੇ ਵਿੱਚ ਰੈੱਡ ਜ਼ੋਨ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਜੀ ਤਕਰੀਬਨ 10 ਦਿਨਾਂ ਦੇ ਲਈ ਜਿਹੜੇ ਦੋ ਪਿੰਡ ਆ ਇਹਨਾਂ ਨੂੰ ਬੰਦ ਕਰ ਦਿੱਤਾ ਗਿਆ ਜੀ ਪਿੰਡਾਂ ਦੇ ਨਾਮ ਆ ਜੀ ਸਕੰਡਾਲੇ ਐ ਸਾਵੈਲੀ ਸਕੰਡਾਲੇ ਤੇ ਸਾਵੈਲੀ ਦੇ ਵਿੱਚ ਦੋ ਦਿਨਾਂ ਦੇ ਲਈ ਰੈਡ ਜ਼ੋਨ ਰੈਡ ਅਲਰਟ ਜਾਰੀ ਹੋ ਗਿਆ ਜੀ ਤ੍ਰੀਏਸਤੇ ਦੇ ਵਿੱਚ 15 ਤਰੀਕ ਤੋਂ ਜੇਕਰ ਅਸੀਂ ਗੱਲ ਕਰੀਏ 15 ਅਕਤੂਬਰ ਤੋਂ ਤ੍ਰੀਏਸਤੇ ਦੇ ਵਿੱਚ ਕਾਫੀ ਹਲਚਲ ਦਾ ਮਾਹੌਲ ਸੀ ਜਿਸ ਟਾਈਮ ਨੋ ਗ੍ਰੀਨ ਪਾਸ ਵਾਲੇ ਨੇ ਗ੍ਰੀਨ ਪਾਸ ਦੇ ਜਿਹੜੇ ਖਿਲਾਫ ਧਰਨਾ ਲਾ ਰਹੇ ਨੇ ਉਹਨਾਂ ਨੇ ਚੱਕੇ ਜਾਮ ਕਰਨ ਦੀ ਕੀਤੀ ਕੋਸ਼ਿਸ਼ ਪਰ ਅੱਜ ਜੇਕਰ ਅਸੀਂ ਗੱਲ ਕਰੀਏ ਤੇ ਦੱਸਿਆ ਜਾ ਰਿਹਾ ਹੈ ਕਿ ਅੱਜ ਜਿਹੜੀ ਸਿਚੁਏਸ਼ਨ ਅੰਡਰ ਕੰਟਰੋਲ ਉੱਤੇ ਚੱਲ ਰਹੀ ਹੈ ਜੀ ਤੇ ਜੇ ਅਸੀਂ ਇਮੀਗ੍ਰੇਸ਼ਨ ਦੇ ਬਾਰੇ ਗੱਲ ਕਰੀ ਜੀ 9 ਮਹੀਨਿਆਂ ਦੇ ਪੇਪਰਾਂ ਦੀ ਗੱਲ ਕਰੀਏ 9 ਮਹੀਨਿਆਂ ਦੇ ਪੇਪਰਾਂ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਅਪਡੇਟ ਨਹੀਂ ਹੈਗਾ ਜਿਨ੍ਹਾਂ ਬੰਦਿਆਂ ਦੇ ਨੂਲੇ ਉਸਤੇ ਐਕਸਪਾਇਰ ਹੋ ਗਏ ਨੇ ਉਹਨਾਂ ਦੇ ਕੋਲ ਸਿਰਫ ਇੱਕ ਹੀ ਤਰੀਕਾ ਫਰੇਫੇ ਟੂਰੇ ਕੋਲ ਜਾ ਕੇ ਗੁਜ਼ਾਰਿਸ਼ ਕਰਨਾ ਅਰਜ਼ੀ ਕਰੰਦਾ ਕਿ ਉਹਨਾਂ ਦਾ ਰੀਨਿਊ ਕਰ ਦਿੱਤਾ ਜਾਵੇ ਨਹੀਂ ਤਾਂ ਉਹਨਾਂ ਨੂੰ ਫਿਰ ਦੁਬਾਰਾ ਅਪਲਾਈ ਕਰਨੇ ਪੈਣੇ ਆ ਨਹੀਂ ਤੇ ਇੰਡੀਆ ਤੋਂ ਰੀਐਂਟਰੀ ਵੀਜ਼ਾ ਜਾਂ ਫਿਰ ਇਦਾਂ ਦਾ ਕੋਈ ਸ਼ ਉਹਨਾਂ ਨੂੰ ਐਮਬੈਸੀ ਦੇ ਵਿੱਚ ਕਰਨਾ ਪੈਣਾ ਅਗਲੇ ਅਪਡੇਟ ਵੱਲ ਚਲਦੇ ਹਾਂ ਜੀ ਕਤਾਨੀਆਂ ਦੇ ਵਿੱਚ ਚਾਰ ਡਾਕਟਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਚਾਰ ਡਾਕਟਰਾਂ ਨੂੰ ਅਰੈਸਟ ਕਰ ਲਿਆ ਗਿਆ ਅਰੈਸਟ ਕਰਨ ਦਾ ਕਾਰਨ ਕੀ ਹੈ ਜੀ ਅਰੈਸਟ ਕਰਨ ਦਾ ਕਾਰਨ ਇਹ ਹੈ ਜੀ ਕਿ ਲੋਕਾਂ ਨੂੰ ਉਹ ਜਿਹੜਾ ਗ੍ਰੀਨ ਪਾਸ ਹੈ ਡੁਪਲੀਕੇਟ ਵੇਚ ਰਹੇ ਸੀ ਬਿਲਕੁਲ ਸਹੀ ਸੁਣਿਆ ਜੀ ਲੋਕਾਂ ਨੂੰ ਕਹਿ ਰਹੇ ਸੀ ਕਿ ਪੈਸੇ ਕਿੰਨੇ ਲੈ ਰਹੇ ਸੀ ਫਿਲਹਾਲ ਇਹ ਤਾਂ ਨਹੀਂ ਪਤਾ ਇਹ ਗੱਲ ਸਾਹਮਣੇ ਨਹੀਂ ਪਰ ਹੌਲੀ-ਹੌਲੀ ਇਹ ਵੀ ਆ ਜਾਣੀ ਹੈ ਪਰ ਇਹ ਜਿਹੜੇ ਆ ਸਿਰਫ ਡਾਕਟਰਾਂ ਨੂੰ ਹੀ ਦੇ ਰਹੇ ਸੀ ਬੰਦਿਆਂ ਨੂੰ ਨਹੀਂ ਸੀ ਦੇ ਰਹੇ ਜਿਹੜੇ ਡਾਕਟਰ ਸੀ ਜਿਹੜੇ ਕਹਿੰਦੇ ਇਹ ਵੈਕਸੀਨ ਨਹੀਂ ਲਵਾਏ ਤੇ ਇਸ ਕਰਕੇ ਉਹਨਾਂ ਨੂੰ ਗ੍ਰੀਨ ਪਾਸ ਦੇਈ ਜਾ ਰਹੇ ਸੀ ਕਿ ਇਹਨਾਂ ਦੇ ਵੈਕਸੀਨ ਲੱਗ ਗਿਆ ਕਾਗਜ਼ਾਂ ਦੇ ਵਿੱਚ ਵੈਕਸੀਨ ਲੱਗ ਰਹੇ ਸੀ ਪਰ ਉਹ ਵੈਕਸੀਨ ਨਹੀਂ ਸੀ ਤੇ ਥੋੜਾ ਜਿਹਾ ਤੁਹਾਨੂੰ ਡਰਾ ਵੀ ਦਿੰਨੇ ਆ ਜੀ ਇੱਕ ਹੋਰ ਵੇਰੀਐਂਟ ਲੱਭਿਆ ਜੀ ਡੈਲਟਾ ਦਾ ਸੀ ਇਹਨੂੰ ਸਬ ਵੇਰੀਐਂਟ ਕਹਿ ਸਕਦੇ ਆ ਇਹਦਾ ਨਾਮ ਆ ਜੀ ਡੈਲਟਾ AY4.2 ਇਜ਼ਰਾਈਲ ਦੇ ਵਿੱਚ ਲੱਭਿਆ ਗਿਆ ਜੀ ਇਜ਼ਰਾਈਲ ਦੇ ਵਿੱਚ ਜੇਕਰ ਅਸੀਂ ਦੇਖੇ ਤਾਂ ਉੱਥੇ ਲੋਕਾਂ ਦੇ ਕਾਫੀ ਹੱਦ ਤੱਕ ਵੈਕਸੀਨ ਲੱਗ ਚੁੱਕੀ ਆ ਤੇ ਜੇ ਅਸੀਂ ਗੱਲ ਕਰੀ ਤਾਂ ਲਾਸਟਲੇ 24 ਘੰਟਿਆਂ ਦੇ ਵਿੱਚ ਕਹਿੰਦੇ 50000 ਤੱਕ ਨਵੇਂ ਕੇਸ ਦਰਜ ਹੋਇਆ ਸਗਾ ਤੇ ਇਹ ਜਿਹੜਾ ਇਜ਼ਰਾਈਲ ਦੇ ਵਿੱਚ ਨਹੀਂ ਸੋਰੀ ਇੰਗਲੈਂਡ ਦੇ ਵਿੱਚ ਨੇੜੇ-ਤੇੜੇ ਗਿਆ ਤੇ ਇਹ ਜਿਹੜਾ ਡੈਲਟਾ ਵਾਰੀਐਂਟ ਦਾ ਇੱਕ ਹੋਰ ਨਵਾਂ ਰੂਪ ਆ ਦੱਸਿਆ ਜਾ ਰਿਹਾ ਕਿ ਇੰਗਲੈਂਡ ਦੇ ਵਿੱਚ ਵੀ ਇਹਦੇ ਜਿਹੜੇ ਕੇਸ ਆ ਲੱਭਣ ਨੂੰ ਮਿਲ ਰਹੇ ਨੇ ਪਰ ਪਹਿਲੀ ਵਾਰ ਇਜ਼ਰਾਈਲ ਦੇ ਵਿੱਚ ਇਹ ਜਿਹੜਾ ਵਾਇਰਸ ਲੱਭਿਆ ਸੀ ਇਹਦੇ ਨਾਲ ਜਿਹੜੀਆਂ ਅੱਜ ਦੀਆਂ ਸਾਡੀਆਂ ਖਬਰਾਂ ਨੇ ਇੱਥੇ ਮੁੱਕਦੀਆਂ ਨੇ ਜੀ ਅਸੀਂ ਮਿਲਾਂਗੇ ਆਪਣੇ ਅਗਲੇ ਅਪਡੇਟ ਦੇ ਵਿੱਚ ਉਨਾ ਟਾਈਮ ਆਪਣਾ ਆਪਣੇ ਘਰ ਪਰਵਾਰ ਦਾ ਰੱਖਿਓ ਖਿਆਲ ਜੀ ਸੁਣ ਰਹੀ ਟਾਲੀਨ ਖਬਰਾਂ ਤੁਸੀਂ ਕੁਲਵੀਰ ਸਿੰਘ ਨਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ